ਮਾਰਨਿੰਗ ਸਟੂਡੈਂਟਸ ਵੈਲਕਮ ਟੂ ਆਨਲਾਈਨ ਪੰਜਾਬੀ ਕਲਾਸਸ ਟੂਡੇ ਵੀ ਰੀਡ ਲੈਸਨ ਨੰਬਰ 16 ਮੁਹਾਵਰੇ ਇਹ ਲੈਸਨ ਤੁਹਾਡੀ ਪੰਜਾਬੀ ਦੀ ਵਿਆਕਰਨ ਬੁੱਕ ਦੇ ਪੇਜ ਨੰਬਰ 57 ਤੇ ਹੈ ਦੇਖੋ ਲੈਸਨ ਸਟਾਰਟ ਕਰਦੇ ਆਂ ਦੇਖੋ ਇਸ ਪਿਕਚਰ ਦੇ ਵਿੱਚ ਕੀ ਹੈ ਕੁੜੀਆਂ ਰੌਲਾ ਪਾ ਰਹੀਆਂ ਤੇ ਮੰਮੀ ਕੀ ਬੋਲ ਰਹੀ ਹੈ ਇਹ ਕੁੜੀਆਂ ਤਾਂ ਕੰਨ ਖਾ ਗਈਆਂ ਹਨ ਦੇਖੋ ਦੋ ਆਪਸ ਵਿੱਚ ਬੁਆਏ ਹੈ ਸਾਡੇ ਕੱਦ ਦੇ ਵਿੱਚ ਸਿਰਫ 19 21 ਦਾ ਫਰਕ ਹੈ ਜਿਹੜੇ ਆਪਾਂ ਉੱਪਰ ਚਿੱਤਰ ਦੇਖੇ ਆ ਉਹਨੇ ਵਿੱਚ ਮੰਮੀ ਕਹਿ ਰਹੀ ਹੈ ਕਿ ਕੁੜੀਆਂ ਕੰਨ ਕੁੜੀਆਂ ਨੇ ਕੰਨ ਖਾ ਲਏ ਹਨ ਕੀ ਇਹ ਸੱਚਮੁੱਚ ਮੁੰਡੇ ਆਪਸ ਵਿੱਚ ਕੱਦ ਨਾਪਦੇ ਹੋਏ ਕੀ ਬੋਲ ਰਹੇ ਹੈ ਕਿ ਕੱਦ ਦੇ ਵਿੱਚ 19 21 ਦਾ ਫਰਕ ਹੈ ਕਿ ਇੱਕ ਦਾ ਕੱਦ 19 ਤੇ ਦੂਸਰੇ ਦਾ 21 ਹੈ ਜਿਵੇਂ ਮੰਮੀ ਨੇ ਕੰਨ ਖਾਣ ਦੀ ਗੱਲ ਕੀਤੀ ਉਸਦਾ ਮਤਲਬ ਕਿ ਇਹ ਕੁੜੀਆਂ ਬਹੁਤ ਰੌਲਾ ਪਾ ਰਹੀਆਂ ਤੇ ਬੁਆਇਜ਼ ਨੇ ਜੋ ਮੁੰਡਿਆਂ ਨੇ ਆਪਸ ਵਿੱਚ 19 21 ਦਾ ਫਰਕ ਕਿਹਾ ਹੈ ਭਾਵ ਉਹਨਾਂ ਦਾ ਇਹ ਹੈ ਕਿ ਉਹਨਾਂ ਦਾ ਕੱਦ ਵਿੱਚ ਬਹੁਤ ਹੀ ਥੋੜਾ ਫਰਕ ਹੈ ਤਾਂ ਕਈ ਵਾਰ ਅਸੀਂ ਆਪਣੀ ਗੱਲ ਨੂੰ ਕਹਿ ਲਈ ਜਿਹੜੇ ਸ਼ਬਦਾਂ ਦਾ ਪ੍ਰਯੋਗ ਕਰਦੇ ਹਾਂ ਵਾਂਸ ਅਗੇਨ ਕਈ ਵਾਰ ਅਸੀਂ ਆਪਣੀ ਗੱਲ ਨੂੰ ਕਹਿ ਲੈ ਜਿਹੜੇ ਸ਼ਬਦਾਂ ਦਾ ਪ੍ਰਯੋਗ ਕਰਦੇ ਆ ਉਹਨਾਂ ਦਾ ਸ਼ਾਬਦਿਕ ਅਰਥ ਕੁਝ ਹੋਰ ਤੇ ਅਸਲ ਵਿੱਚ ਕੀਤੀ ਗੱਲ ਕੁਝ ਹੋਰ ਹੁੰਦੀ ਹੈ ਉਹਨਾਂ ਦਾ ਸ਼ਬਦਾਂ ਦੇ ਵਿੱਚ ਅਰਥ ਕੁਝ ਹੋਰ ਹੁੰਦਾ ਹੈ ਜਦਕਿ ਅਸਲ ਕਹੀ ਗੱਲ ਕੁਝ ਹੋਰ ਹੁੰਦੀ ਹੈ ਤੇ ਉਹੀ ਕੀ ਮੁਹਾਵਰੇ ਉਹਨਾਂ ਨੂੰ ਹੀ ਮੁਹਾਵਰੇ ਕਿਹਾ ਜਾਂਦਾ ਹੈ ਮੁਹਾਵਰੇ ਸ਼ਬਦਾਂ ਦਾ ਦੇਖੋ ਡੈਫੀਨੇਸ਼ਨ ਦੇਖੋ ਮੁਹਾਵਰੇ ਦੀ ਮੁਹਾਵਰੇ ਸ਼ਬਦਾਂ ਦੇ ਉਹ ਸਮੂਹ ਹੁੰਦੇ ਹਨ ਮੁਹਾਵਰੇ ਸ਼ਬਦਾਂ ਦੇ ਉਹ ਸਮੂਹ ਹੁੰਦੇ ਹਨ ਜਿਨ੍ਹਾਂ ਦੇ ਵਿਆਕਰਨ ਵਿਆਕਰਨ ਅਰਥ ਹੋਰ ਪ੍ਰਗਟ ਹੋ ਰਏ ਵਿਆ ਜਿਨ੍ਹਾਂ ਦੇ ਵਿਆਕਰਨਿਕ ਅਰਥ ਹੋਰ ਅਤੇ ਪ੍ਰਗਟ ਹੋ ਰਏ ਅਰਥ ਹੋਰ ਹੁੰਦੇ ਹਨ ਜਿਨ੍ਹਾਂ ਦੇ ਵਿਆਕਰਨ ਵਿੱਚ ਅਰਥ ਹੋਰ ਹੁੰਦੇ ਹਨ ਤੇ ਪ੍ਰਗਟ ਹੋ ਰਏ ਅਰਥ ਹੋਰ ਹੁੰਦੇ ਹਨ ਆਪਾਂ ਹੁਣ ਆਪਣੀ ਬੁੱਕ ਦੇ ਉੱਤੇ ਕੁਝ ਆਪਾਂ ਮੁਹਾਵਰੇ ਦਿੱਤੇ ਆਪਾਂ ਪੰਜ ਮੁਹਾਵਰੇ ਰੀਡ ਕਰਾਂਗੇ ਅੱਜ ਫਸਟ ਮੁਹਾਵਰਾ ਹੈ 19 21 ਦਾ ਫਰਕ ਹੋਣਾ 19 21 ਦਾ ਫਰਕ ਹੋਣਾ ਇਸ ਦਾ ਅਰਥ ਹੁੰਦਾ ਹੈ ਬਹੁਤ ਥੋੜਾ ਫਰਕ ਹੋਣਾ 19 21 ਦਾ ਫਰਕ ਹੋਣਾ ਦਾ ਕੀ ਅਰਥ ਹੈ ਬਹੁਤ ਥੋੜਾ ਫਰਕ ਹੋਣਾ ਇਹਦਾ ਹੁਣ ਵਾਕ ਬਣਾਵਾਂਗੇ ਮੇਰੇ ਅਤੇ ਅੰਕਿਤ ਦੇ ਕੱਦ ਵਿੱਚ 19 21 ਦਾ ਫਰਕ ਹੈ ਮੇਰੇ ਅਤੇ ਅੰਕਿਤ ਦੇ ਕੱਦ ਵਿੱਚ 19 21 ਦਾ ਫਰਕ ਹੈ ਦੂਸਰਾ ਮੁਹਾਵਰਾ ਦੇਖੋ ਉੱਲੂ ਬਣਾਉਣਾ ਉੱਲੂ ਬਣਾਉਣਾ ਹੁੰਦਾ ਹੈਗਾ ਮੂਰਖ ਬਣਾਉਣਾ ਉੱਲੂ ਬਣਾਉਣਾ ਮੂਰਖ ਬਣਾਉਣਾ ਰੀਮਾ ਨੇ ਰੀਮਾ ਨੇ ਬਿੱਲੀ ਦੀ ਆਵਾਜ਼ ਕੱਢ ਕੇ ਸ਼ੁਇਲ ਦਾ ਉੱਲੂ ਬਣਾ ਦਿੱਤਾ ਥਰਡ ਇਸ ਅੱਖ ਦਾ ਤਾਰਾ ਹੋਣਾ ਅੱਖ ਦਾ ਤਾਰਾ ਹੋਣ ਦਾ ਆਰਥ ਮੀਨਸ ਬਹੁਤ ਪਿਆਰਾ ਹੋਣਾ ਰੋਹਨ ਆਪਣੀ ਮਾਂ ਦੀ ਅੱਖ ਦਾ ਤਾਰਾ ਹੈ ਇੱਥੇ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਵਾਕ ਬਣਾ ਸਕਦੇ ਹੋ ਜਿਵੇਂ ਮੈਂ ਆਪਣੀ ਮਾਂ ਦੀ ਅੱਖ ਦਾ ਤਾਰਾ ਹਾਂ ਮੋਹਨ ਆਪਣੀ ਮਾਂ ਦੀ ਅੱਖ ਦਾ ਤਾਰਾ ਹੈ ਮੀਨਿੰਗ ਉਸ ਤੋਂ ਮੀਨਿੰਗ ਕਲੀਅਰ ਹੋਣਾ ਚਾਹੀਦਾ ਨੈਕਸਟ ਇਸ ਅੱਗ ਦੇ ਭਾ ਅੱਗ ਦੇ ਭਾ ਬਹੁਤ ਮਹਿੰਗਾ ਅੱਜ ਕੱਲ ਤਾਂ ਦਾਲਾਂ ਅੱਗ ਦੇ ਭਾ ਵੇਕਦੀਆਂ ਹਨ ਫਿਫਤੀਜ਼ ਐਟ ਕੁੱਤੇ ਦਾ ਵੈਰ ਐਟ ਕੁੱਤੇ ਦਾ ਵੈਰ ਇਹਦਾ ਅਰਥ ਹੁੰਦਾ ਪੱਕੀ ਦੁਸ਼ਮਣੀ ਸੱਪ ਅਤੇ ਨਿਉਲੇ ਦਾ ਐਟ ਕੁੱਤੇ ਦਾ ਵੈਰ ਹੁੰਦਾ ਹੈ ਸੱਪ ਅਤੇ ਨਿਉਲੇ ਦਾ ਐਟ ਕੁੱਤੇ ਦਾ ਵੈਰ ਹੁੰਦਾ ਹੈ ਤਾਂ ਸਟੂਡੈਂਟਸ ਅੱਜ ਆਪਣੀ ਕਲਾਸ ਦੇ ਵਿੱਚ ਮੁਹਾਵਰੇ ਕੀਤੇ ਇਹ ਪੰਜ ਮੁਹਾਵਰੇ ਤੁਹਾਡੀ ਵਿਆਕਰਨ ਦੀ ਬੁੱਕ ਤੇ ਆ ਤੁਸੀਂ ਵੀ ਇਸ ਨੂੰ ਚੰਗੀ ਤਰ੍ਹਾਂ ਰੀਡ ਕਰਨਾ ਹੈ ਤੇ ਟੈਸਟ ਦੇ ਲਈ ਪ੍ਰਪੇਅਰ ਕਰਨਾ ਹੈ ਮੁਹਾਵਰਾ ਪੜ੍ਹਨਾ ਹੈ ਉਸ ਦਾ ਅਰਥ ਦੇਖਣਾ ਹੈ ਕਿ ਉਸ ਦਾ ਅਰਥ ਕੀ ਨਿਕਲਦਾ ਹੈ ਦੈਨ ਉਸ ਦਾ ਵਾਕ ਬਣਾਉਣਾ ਹੈ ਤੋ ਇਹ ਤੁਹਾਡੀ ਬੁੱਕ ਤੇ ਹੈ ਇਸ ਨੂੰ ਚੰਗੀ ਤਰ੍ਹਾਂ ਤੁਸੀਂ ਰੀਡ ਵੀ ਕਰਨਾ ਹੈ ਥੈਂਕ ਯੂ ਸਟੂਡੈਂਟਸ ਹੈਵ ਅ ਨਾਈਸ ਡੇ